ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਖਿਲਾਫ਼ ਕੋਲ ਹਿੰਦ ਕਿਸਾਨ ਸਭਾ ਪੰਜਾਬ ਵੱਲੋਂ ਬਰਨਾਲਾ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਧਰਨਾ ਲਗਾਇਆ ਗਿਆ। ਇਸ ਮੌਕੇ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਮੁਖੀ ਅਤੇ CPM ਦੇ ਇੰਚਾਰਜ ਚੰਦ ਸਿੰਘ ਚੋਪੜਾ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਦੋਵੇਂ ਸਰਕਾਰਾਂ ਕਿਸਾਨਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦੇ ਰਹੀਆਂ। ਸਮੂਹ ਧਰਨਾਕਾਰੀਆਂ ਨੇ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਕਿਸਾਨਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਦੀ ਮੰਗ ਕੀਤੀ। ਇਸ ਨੂੰ ਲੈ ਕੇ ਧਰਨਾਕਾਰੀਆਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਇੱਕ ਮੰਗ ਪੱਤਰ ਵੀ ਦਿੱਤਾ। ਕਿਸਾਨਾਂ ਦੀਆਂ ਸਟੇਟ ਪੱਧਰ ਦਾ ਜਿਹੜਾ ਇਹਨਾਂ ਦਾ ਕਿਸਾਨ ਸਭਾ ਦਾ ਫੈਸਲਾ ਸੀ ਕਿ ਜਿਹੜੇ ਕਿਸਾਨਾਂ ਦੇ ਜਿਹੜਾ ਪਿਛਲੇ ਸਮੇਂ 'ਚ ਮੀਂਹ ਨਾਲ ਖਰਾਬਾ ਹੋਇਆ ਗਾ, ਗੜਿਆਂ ਨਾਲ ਹੋ ਗਿਆ, ਉਹਦਾ ਪੂਰਾ ਪੂਰਾ ਮੁਆਵਜ਼ਾ ਦਿੱਤਾ ਜਾਵੇ ਅਤੇ ਆਹ ਜਿਹੜਾ ਹੁਣੇ ਹੋਇਆ ਗਾ ਖਰਾਬਾ ਇਹਦਾ ਘੱਟੋ ਘੱਟ 50,000 ਰੁਪਈਆ ਜਿਹੜਾ ਹੈਗਾ ਇੱਕ ਏਕੜ ਦਾ ਸਾਡੇ ਕਿਸਾਨ ਨੂੰ ਦਿੱਤਾ ਜਾਵੇ ਕਿਉਂਕਿ ਤਪਾ ਏਰੀਏ 'ਚ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ। ਇਸ ਤੋਂ ਇਲਾਵਾ ਜਿਹੜਾ ਸਵਾਮੀਨਾਥਨ ਦੀਆਂ ਕਮਿਸ਼ਨ ਦੀਆਂ ਸਿਫਾਰਿਸ਼ਾਂ ਹਨ ਉਹਨਾਂ ਦੇ ਮੁਤਾਬਕ ਜਿਹੜਾ ਹੈਗਾ ਸਾਡੇ ਕਿਸਾਨਾਂ ਨੂੰ ਜਿਣਸਾਂ ਦੇ ਵਾਜਬ ਪਾ ਦਿੱਤੇ ਜਾਣ, ਉਹ ਪਾ ਦਿੱਤੇ ਨਹੀਂ ਜਾ ਰਹੇ ਕਿਉਂਕਿ ਉਹ ਕਹਿੰਦਾ ਵੀ ਜੇ 100 ਰੁਪਈਆ ਲੱਗਦਾ ਗਾ ਤਾਂ ਉਹਦੇ 50 ਰੁਪਈਏ ਉਹਦੇ ਹੋਰ ਪਾ ਕੇ ਐਕਸਟਰਾ ਪਾ ਕੇ ਫਿਰ ਭਾਅ ਨਿਸ਼ਚਿਤ ਕੀਤਾ ਜਾਵੇ ਅਤੇ ਜਿਹੜਾ ਭਾਅ ਨਿਸ਼ਚਿਤ ਕਰ ਦਿੱਤਾ ਉਹਨੂੰ ਸਰਕਾਰ ਬਾਉਂਡ ਹੋਵੇ ਵੀ ਉਹ ਭਾਅ ਦੇਵੇ, ਉਦੋਂ ਘੱਟ ਕਿਤੋਂ ਜਿਹੜਾ ਹੈਗਾ ਭਾਅ ਮਿਲਣਾ ਨਹੀਂ ਚਾਹੀਦਾ। ਨਹੀਂ ਆਮ ਤੌਰ 'ਤੇ ਦੇਖਿਆ ਝੋਨੇ ਅਤੇ ਕਣਕ ਤੋਂ ਬਿਨਾਂ ਜਿਹੜੀਆਂ ਦੂਸਰੀਆਂ ਫਸਲਾਂ ਨੇ ਉਹਨਾਂ ਫਸਲਾਂ ਦੇ ਜਦੋਂ ਫਸਲ ਆ ਜਾਂਦੀਆਂ ਮਾਰਕੀਟ ਦੇ ਵਿੱਚ ਉਸ ਵੇਲੇ ਭਾਅ ਸਸਤਾ, ਜਿਵੇਂ ਹੁਣ ਨਰਮਾ ਜਿਹੜਾ ਹੈਗਾ 4,000 ਰੁਪਏ ਨੂੰ ਲੁੱਟਿਆ ਜਾ ਰਿਹਾ, ਭਾਅ ਵੱਧ ਹੈ ਪਰ ਜਿਹੜਾ ਹੈਗਾ 4,000 ਨੂੰ ਜਿਹੜਾ ਹੈਗਾ ਕਿਸਾਨ ਨੂੰ ਲੁੱਟਿਆ ਜਾ ਰਿਹਾ। ਮੂੰਗੀ ਹੈ, ਹੋਰ ਸਾਰੀਆਂ ਫਸਲਾਂ ਨੇ, ਇਸ ਕਰਕੇ ਮੰਡੀਕਰਨ ਹੋਵੇ ਹਰੇਕ ਫਸਲ ਦਾ, ਉਹਦੇ ਲਈ ਸਰਕਾਰ ਜ਼ਿੰਮੇਵਾਰ ਹੋਵੇ, ਕਾਨੂੰਨ ਬਣੇ। ਜੇ ਕਾਨੂੰਨ ਬਣ ਜਾਏ, ਜੇ ਇੱਕ ਕਾਨੂੰਨ ਬਣ ਗਿਆ ਵੀ ਆਹ ਭਾਅ ਘੱਟੋ ਘੱਟ ਨਿਸ਼ਚਿਤ ਹੈ ਤਾਂ ਉਹ ਤੋਂ ਜਿਹੜਾ ਘੱਟ ਦੇਗਾ ਚਾਹੇ ਵਪਾਰੀ ਆ ਚਾਹੇ ਕੋਈ ਜਿਹੜਾ ਆੜ੍ਹਤੀ ਆ, ਸਰਕਾਰ ਪੂਰੀ ਕਰੇ ਉਹਦੀ ਜਿਹੜੇ ਹੈਗਾ ਸਾਰੇ ਕਿਸਾਨ ਦੀ ਜਿਹੜੀ ਹੈਗੀ ਆ ਡਿਮਾਂਡ। ਇਸ ਤੋਂ ਇਲਾਵਾ ਜਿਹੜੇ ਵਧੇ ਬਿਜਲੀ ਦੇ ਰੇਟ ਆ ਜਿਹੜੇ ਉਹ ਵਾਪਸ ਲੈ ਜਾਣ, ਜਿਹੜੇ ਕੋਈ ਨੁਕਸਾਨ ਹੋ ਗਿਆ ਜਿਹੜੇ ਖੁਦਕਸ਼ੀਆਂ ਕਰ ਗਏ ਉਹਨਾਂ ਨੂੰ ਯੋਗ ਮੁਆਵਜ਼ੇ ਦਿੱਤੇ ਜਾਣ, ਜਿਹਦੇ 'ਚ ਕਿਸਾਨ ਦੇ ਨਾਲ ਮਜ਼ਦੂਰ ਵੀ ਆ, ਇਹ ਸਾਰਿਆਂ ਨੂੰ ਜਿਹੜਾ ਹੈਗਾ ਐਟ ਪਾਰ ਰੱਖ ਕੇ ਉਹਨਾਂ ਦਾ ਬਰਾਬਰ ਦਾ ਜਿਹੜਾ ਹੈ ਹੱਕ ਦਿੱਤਾ ਜਾਵੇ।